ਪਿਆਰੇ ਦੋਸਤੋ, ਅੱਜ ਤੁਹਾਡੇ ਨਾਲ ਇੱਕ ਸੂਚਨਾ ਸਾਂਝੀ ਕਰਾਂਗੇ ਅਤੇ ਇੱਕ ਕਾਫੀ ਪੁਰਾਣੀ ਯਾਦ ਤਾਜ਼ਾ ਕਰਾਂਗੇ। ਇਹ ਯਾਦ ਉਦੋਂ ਦੀ ਹੈ ਜਦੋਂ ਪੰਜਾਬ ਵਿੱਚ ਕੋਈ ਵੀ ਔਨਲਾਈਨ ਟੀਵੀ ਜਾਂ ਚੈਨਲ ਨਹੀਂ ਹੋਇਆ ਕਰਦਾ ਸੀ ਅਤੇ ਨਾ ਹੀ ਯੂਟਿਊਬ ਦੇ ਉੱਤੇ ਕੋਈ ਚੈਨਲ ਚਲਾਉਣ ਦੀ ਸਹੂਲਤ ਹੀ ਸੀ ਜਿਹੜੀ ਹੁਣ ਉਪਲਬਧ ਹੈ। ਇਸ ਕਰਕੇ ਇੱਕ ਬਹੁਤ ਹੀ ਮਹਿੰਗੀ ਲੀਜ਼ ਲਾਈਨ ਲੈ ਕੇ ਚੈਨਲ ਸ਼ੁਰੂ ਕੀਤਾ ਗਿਆ ਸੀ ਜਿਸਦਾ ਨਾਂ ਸੀ ਗਲੋਬਲ ਟੈਲੀਕਾਸਟ, ਅਤੇ ਮੇਰੇ ਉਹ ਦੋਸਤ ਜਾਣ ਗਏ ਹੋਣਗੇ ਜਿਹੜੇ ਇਸ ਦੀਆਂ ਪ੍ਰੋਡਕਸ਼ਨਾਂ ਦੇ ਵਿੱਚ ਸ਼ਾਮਿਲ ਸਨ, ਅਤੇ ਉਹ ਸੀਮਤ ਜਿਹੇ ਦਰਸ਼ਕ ਵੀ ਜਿਹੜੇ ਇਸ ਨੂੰ ਦੇਖਿਆ ਕਰਦੇ ਸਨ। ਉਦੋਂ ਮੋਬਾਈਲ ਵੀ ਬੜਾ ਮਹਿੰਗਾ ਪੈਂਦਾ ਸੀ ਅਤੇ ਦਰਸ਼ਕਾਂ ਦੇ ਵਿੱਚ ਰੁਚੀ ਵੀ ਨਹੀਂ ਸੀ ਕਿ ਮੋਬਾਈਲ ਦੇ ਉੱਤੇ ਲੰਬੀਆਂ ਲੰਬੀਆਂ ਪ੍ਰੋਡਕਸ਼ਨਾਂ ਦੇਖੀਆਂ ਸਨ। ਲੀਜ਼ ਲਾਈਨ ਮਹਿੰਗੀ ਸੀ, ਪ੍ਰੋਡਕਸ਼ਨਾਂ ਮਹਿੰਗੀਆਂ ਸਨ, ਮੋਬਾਈਲ ਮਹਿੰਗਾ ਸੀ, ਰੁਚੀ ਦੀ ਘਾਟ ਸੀ। ਇਸ ਕਰਕੇ ਵਿੱਤੀ ਬੋਝ ਹੇਠਾਂ ਆ ਕੇ ਗਲੋਬਲ ਟੈਲੀਕਾਸਟ ਦਮ ਤੋੜ ਗਿਆ। ਹੁਣ ਤੁਹਾਡੇ ਲਈ ਸੂਚਨਾ ਇਹ ਹੈ ਕਿ ਉਹੀ ਗਲੋਬਲ ਟੈਲੀਕਾਸਟ ਦੁਬਾਰਾ ਫੇਰ ਸ਼ੁਰੂ ਕੀਤਾ ਜਾ ਰਿਹਾ। ਤੁਸੀਂ ਹੈਰਾਨ ਹੋਵੋਗੇ ਅਤੇ ਪੁੱਛੋਗੇ ਕਿ ਜਦੋਂ ਕੋਈ ਚੈਨਲ ਵੀ ਨਹੀਂ ਸੀ, ਇੱਕੋ ਹੀ ਚੈਨਲ ਸੀ, ਉਦੋਂ ਹੀ ਇਸ ਨੂੰ ਕਿਉਂ ਨਾ ਜਾਰੀ ਰੱਖ ਲਿਆ। ਹੁਣ ਜਦੋਂ ਪੰਜਾਬੀ ਦੇ ਵਿੱਚ ਬੇਸ਼ੁਮਾਰ ਚੈਨਲ ਚੱਲ ਰਹੇ ਨੇ ਔਰ ਉਹ ਭੱਜ ਦੌੜ ਵੀ ਬੜੀ ਕਰਦੇ ਆ, ਮਿਹਨਤ ਕਰਦੇ ਆ, ਖਤਰੇ ਮੁੱਲ ਲੈਂਦੇ ਆ, ਸਾਡੇ ਤੱਕ ਕੋਈ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਪਹੁੰਚਾਉਂਦੇ ਆ, ਸੂਚਨਾਵਾਂ ਦੀ ਘਾਟ ਕੋਈ ਨਹੀਂ, ਫਿਰ ਗਲੋਬਲ ਟੈਲੀਕਾਸਟ ਕੀ ਕਰੇਗਾ? ਬਸ ਇਹੀ ਹੈ ਇਹਦਾ ਕਾਰਨ ਕਿ ਔਨਲਾਈਨ ਚੈਨਲਾਂ ਦੇ ਸ਼ੁਰੂ ਹੋਣ ਦੇ ਨਾਲ ਇਹੋ ਜਿਹੀਆਂ ਜਾਣਕਾਰੀਆਂ ਅਤੇ ਸੂਚਨਾਵਾਂ ਲੋਕਾਂ ਦੇ ਵਿੱਚ ਪਹੁੰਚ ਰਹੀਆਂ ਨੇ ਕਿ ਲੋਕ ਡਰੇ ਹੋਏ ਕਿ ਕੀ ਹੋ ਰਿਹਾ ਹੈ ਸੰਸਾਰ ਦੇ ਵਿੱਚ ਅਤੇ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ। ਵਿਚਾਰਵਾਨਾਂ ਦੇ ਮਨਾਂ ਦੇ ਵਿੱਚ ਇਹ ਤੌਖਲਾ ਪੈਦਾ ਹੋ ਗਿਆ ਕਿ ਕੀ ਅਸੀਂ ਕੁਲੈਕਟਿਵ ਸੁਈਸਾਈਡ ਵੱਲ ਤਾਂ ਨਹੀਂ ਵੱਧ ਰਹੇ? ਔਰ ਨਾਲ ਦੀ ਨਾਲ ਨਵੀਂ ਡਿਵੈਲਪਮੈਂਟ ਇਹ ਹੈ ਕਿ ਵਰਤਮਾਨ ਇਤਿਹਾਸ ਜਿਹੜਾ ਲਿਖਿਆ ਜਾ ਰਿਹਾ ਉਸਨੇ ਇਹ ਸਾਬਤ ਕੀਤਾ ਕਿ ਲੋਕਾਂ ਦਾ ਫਰਜ਼ੀ ਸਿਧਾਂਤਾਂ ਤੋਂ ਅਤੇ ਰਵਾਇਤੀ ਰਹਿਬਰਾਂ ਤੋਂ ਭਰੋਸਾ ਉੱਠ ਗਿਆ। ਉਹਨਾਂ ਨੇ ਆਪਣੀ ਸੰਘਰਸ਼ ਦੀ ਕਮਾਂਡ ਆਪਣੇ ਹੱਥ 'ਚ ਲੈਣ ਦਾ ਫੈਸਲਾ ਕਰ ਲਿਆ ਅਤੇ ਉਹ ਤੁਰ ਪਏ ਨੇ ਕਾਫਲਾ ਚੱਲਿਆ ਹੋਇਆ ਜਿਹੜਾ ਸ਼ਾਇਦ ਅਜੇ ਸਾਨੂੰ ਨਜ਼ਰ ਨਹੀਂ ਆ ਰਿਹਾ। ਗਲੋਬਲ ਟੈਲੀਕਾਸਟ ਉਸ ਕਾਫਲੇ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ। ਇਹ ਇੱਕ ਮੰਚ ਹੋਵੇਗਾ ਜਿੱਥੇ ਵਿਚਾਰਾਂ ਦੇ ਦੰਗਲ ਹੋਇਆ ਕਰਨਗੇ, ਜਿੱਥੇ ਗਹਿ ਗੱਚ ਨਤੀਜੇ ਕੱਢਣ ਦੇ ਲਈ ਬਹਿਸਾਂ ਹੋਇਆ ਕਰਨਗੀਆਂ। ਬੀਤੇ ਦੇ ਜਾਣੀ ਇਤਿਹਾਸ ਦੇ ਪੰਨਿਆਂ ਨੂੰ ਪੱਤ ਪੱਤ ਫਰੋਲਾਂਗੇ ਇਹ ਜਾਣਨ ਦੇ ਲਈ ਕਿ ਮਾਨਵਤਾ ਕੁਰਾਹੇ ਕਿੱਥੋਂ ਪਈ ਸੀ। ਵਰਤਮਾਨ ਦੀਆਂ ਪੀੜ੍ਹੀਆਂ ਅਤੇ ਪਚੀਦਾ ਗੰਢਾਂ ਨੂੰ ਖੋਲ੍ਹਾਂਗੇ ਇਹ ਜਾਣਨ ਦੇ ਲਈ ਕਿ ਗੰਢਾਂ ਆਈਆਂ ਕਿਵੇਂ ਅਤੇ ਕਿਸਨੇ ਦਿੱਤੀਆਂ, ਔਰ ਭਵਿੱਖ ਦੀ ਨਕਸ਼ਾ ਨਵੀਂ ਸੀ ਕਰਾਂਗੇ। ਇਸ ਕਰਕੇ ਨਵੇਂ ਰੰਗ ਦੇ ਵਿੱਚ, ਨਵੇਂ ਫੋਰਮੈਟ ਦੇ ਨਾਲ, ਨਵੀਂ ਸਮੱਗਰੀ ਲੈ ਕੇ, ਨਵੇਂ ਉਦੇਸ਼ ਦੇ ਨਾਲ ਗਲੋਬਲ ਟੈਲੀਕਾਸਟ ਤੁਹਾਡੇ ਅੱਗੇ ਪੇਸ਼ ਹੋਵੇਗਾ ਅਤੇ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਲਾਈ ਗਈ ਹੈ ਕਿ ਤੁਸੀਂ ਉਸ ਕਾਫਲੇ ਦੇ ਵਿੱਚ ਸ਼ਾਮਿਲ ਹੋ ਕੇ ਅਤੇ ਵਿਚਾਰਾਂ ਦੇ ਦੰਗਲ ਦਾ ਹਿੱਸਾ ਬਣਦੇ ਹੋਏ ਰਸਤਾ ਤਲਾਸ਼ ਕਰਨ ਦੇ ਸ਼ਰੀਕ ਬਣੋਗੇ ਕਿ ਮੁਸੀਬਤਾਂ ਦੇ ਇਸ ਵਗਦੇ ਹੋਏ ਦਰਿਆ ਨੂੰ ਪਾਰ ਕਿਵੇਂ ਕਰਨਾ ਹੈ। ਇਹ ਉਮੀਦਾਂ ਲੈ ਕੇ ਤੁਹਾਨੂੰ ਬੇਨਤੀ ਕਰਦਾ ਹੈ ਤੁਹਾਡਾ ਆਪਣਾ ਦੋਸਤ
ਸਤਨਾਮ ਚਾਨਣ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ।